ਮੈਂ ਹਾਂ ਗੌਰਵ ਕੁਮਾਰ, ਤੁਸੀਂ ਦੇਖ ਰਹੇ ਹੋ ਲਾਈਵ ਤੇ ਚੈਨਲ। ਜਿਸ ਤਰ੍ਹਾਂ ਕਿ ਅੱਜ ਅਸੀਂ ਅੰਮ੍ਰਿਤਸਰ ਦੇ ਇੱਕ ਨਾਮੀ ਹੋਸਪਿਟਲ ਜੋ ਕਿ ਅਰੋੜਾ ਹੋਸਪਿਟਲ ਨੇ, ਔਰ ਅਰੋੜਾ ਹੋਸਪਿਟਲ ਦੇ ਚੀਫ ਜੋ ਕਿ ਸਾਡੇ ਨਾਲ ਡਾਕਟਰ ਰਕੇਸ਼ ਅਰੋੜਾ ਜੀ ਮੌਜੂਦ ਨੇ, ਗੱਲਬਾਤ ਕਰਦੇ ਹਾਂ। ਹਾਂਜੀ ਸਰ, ਪਹਿਲਾਂ ਤਾਂ ਅਸੀਂ ਤੁਹਾਡਾ ਚੈਨਲ 'ਚ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ ਗੌਰਵ ਜੀ, ਕੀ ਹਾਲ ਹੈ ਆਪਣਾ? ਠੀਕ ਹੋ? ਬੜੀਆ ਬੜੀਆ ਸਰ। ਸਰ, ਜਿਸ ਤਰ੍ਹਾਂ ਕਿ ਅੰਮ੍ਰਿਤਸਰ ਦੇ ਵਿੱਚ ਇੱਕ ਜਿਸ ਤਰ੍ਹਾਂ ਕਿ ਵਾਇਰਲ ਦੇਖਿਆ ਜਾ ਰਿਹਾ ਹੈ, ਔਰ ਵਾਇਰਲ ਦੇ ਕੀ ਲੱਛਣ ਕੀ ਨੇ ਸਰ? ਅੰਮ੍ਰਿਤਸਰ ਵਿੱਚ ਡਿਫਰੈਂਟ ਤਰ੍ਹਾਂ ਦੇ ਵਾਇਰਸਿਸ ਹੈਗੇ ਨੇ। ਇੱਕ ਤਾਂ ਡੇਂਗੂ ਵਾਇਰਸ ਹੈਗਾ, ਜਿਸ ਦੇ ਵਿੱਚ ਲੱਛਣ ਇਹ ਹੈ ਕਿ ਬੁਖਾਰ ਰਹਿੰਦਾ ਹੈਗਾ, ਤੇਜ਼ ਬੁਖਾਰ ਹੁੰਦਾ, ਕਾਂਬਾ ਲੱਗਦਾ ਹੈਗਾ, ਔਰ ਪਲੇਟਲੈਟ ਸੈੱਲ ਘਟਣੇ ਸ਼ੁਰੂ ਹੁੰਦੇ ਹਨ, ਔਰ ਟੈਸਟ ਕਰਾਉਣ ਦੇ ਉੱਤੇ ਕੁਛ ਲੋਕ ਡੇਂਗੂ ਪੋਜ਼ਿਟਿਵ ਮਿਲਦੇ ਹਨ। ਇੱਕ ਦੂਸਰਾ ਵਾਇਰਸ ਜਿਹੜਾ ਕਿ ਵੈਸਟਰਨ ਕੰਟਰੀਜ਼ ਵਿੱਚ ਜ਼ਿਆਦਾ ਸੀਗਾ, ਜਿਹੜਾ ਹੁਣ ਇੱਧਰ ਜ਼ਿਆਦਾ ਆ ਗਿਆ, ਜਿਸ ਦੇ ਵਿੱਚ ਜੋੜਾਂ 'ਚ ਦਰਦ, ਪੈਰਾਂ 'ਚ ਦਰਦ, ਅਚਾਨਕ ਤੇਜ਼ ਬੁਖਾਰ ਹੋਣਾ ਸ਼ੁਰੂ ਹੋ ਗਿਆ, ਉਹ ਲੱਛਣ ਜਿਹੜੇ ਚਿਕਨਗੁਨੀਆ ਦੇ ਹਨ। ਪਰ ਸਰ, ਜਿਸ ਤਰ੍ਹਾਂ ਸਭ ਤੋਂ ਪਹਿਲਾਂ ਇਹ ਪੁੱਛਣਾ ਚਾਹੁੰਦੇ ਕਿ ਹਜੇ ਜਿਨ੍ਹਾਂ ਨੂੰ ਜਿਹੜਾ ਕਿ ਵਾਇਰਲ ਦੇ ਵਿੱਚ ਜਿਹੜੀ ਲਪੇਟ ਦੇ ਵਿੱਚ ਨਹੀਂ ਆਏ, ਉਹਨਾਂ ਨੂੰ ਕੀ ਸਾਵਧਾਨੀ ਸਰ ਜਿਹੜੀ ਆਪਣੀ ਵਰਤਣੀ ਚਾਹੀਦੀ ਨੇ ਕਿ ਉਹ ਜਿਹੜੀ ਵਾਇਰਲ ਦੀ ਲਪੇਟ ਦੇ ਵਿੱਚ ਨਾ ਆ ਸਕਣ? ਜੀ ਦੇਖੋ, ਮਲੇਰੀਆ, ਡੇਂਗੂ ਔਰ ਚਿਕਨਗੁਨੀਆ ਸਾਰੇ ਹੀ ਮੋਸਕੀਟੋ ਬਾਈਟ ਤੋਂ ਹੁੰਦੇ ਹਨ। ਅਸੀਂ ਆਪਣੇ ਆਪ ਨੂੰ ਮੋਸਕੀਟੋ ਬਾਈਟ ਤੋਂ ਬਚਾ ਕੇ ਰੱਖਣਾ ਹੈਗਾ। ਫੁੱਲ ਬਾਜੂ ਕੱਪੜੇ ਪਾਉਣੇ ਹੈਗੇ, ਮਾਸਕ ਪਾਉਣਾ ਹੈਗਾ, ਜੁਰਾਬਾਂ ਪਾ ਕੇ ਰੱਖਣੀਆਂ, ਔਰ ਇਸ ਚੀਜ਼ ਦਾ ਧਿਆਨ ਰੱਖਣਾ ਹੈ ਕਿ ਕਿਸੇ ਵੀ ਤਰ੍ਹਾਂ ਦਾ ਮੋਸਕੀਟੋ ਬਾਈਟ ਨਾ ਹੋ। ਮੋਸਕੀਟੋ ਰਿਪੈਲੈਂਟ ਯੂਜ ਕਰਨੇ ਹਨ, ਆਪਣੇ ਆਪ ਨੂੰ ਮੋਸਕੀਟੋ ਬਾਈਟ ਤੋਂ ਬਚਾਉਣਾ ਹੈ, ਇਹੀ ਮੇਨ ਸਾਵਧਾਨੀ ਹੈ। ਸਰ, ਜਿਸ ਤਰ੍ਹਾਂ ਕਿ ਜਿਹੜੇ ਵਾਇਰਲ ਦੀ ਲਪੇਟ ਦੇ ਵਿੱਚ ਹਨ, ਉਹਨਾਂ ਦੇ ਜਿਸ ਤਰ੍ਹਾਂ ਜੋੜਾਂ ਦੇ ਦਰਦਾਂ ਜਾਂ ਮਤਲਬ ਉਹਨਾਂ ਨੂੰ ਜਿਸ ਤਰ੍ਹਾਂ ਵੀਕਨੈਸ, ਉਹਦੇ ਵਾਸਤੇ ਸਾਨੂੰ ਕਿਸ ਤਰ੍ਹਾਂ ਦਾ ਆਪਣੇ ਆਪ ਨੂੰ ਜਿਸ ਤਰ੍ਹਾਂ ਧਿਆਨ ਰੱਖਣਾ ਚਾਹੀਦਾ ਹੈ ਕਿ ਜਿਸ ਤਰ੍ਹਾਂ ਆਪਾਂ ਪਹਿਲੇ ਦੀ ਤਰ੍ਹਾਂ ਤੰਦਰੁਸਤ ਔਰ ਜਿਸ ਤਰ੍ਹਾਂ ਕਿ ਜੋੜ ਸਾਡੇ ਦਰਦ ਨਾ ਕਰ ਸਕਣ, ਕੀ ਸਾਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ? ਸਾਰੀਆਂ ਵਾਇਰਲ ਬਿਮਾਰੀਆਂ ਜਿਹੜੀਆਂ ਨੇ ਆਪਣੇ ਆਪ ਸੈਲਫ ਹੀਲਿੰਗ ਹੁੰਦੀ, ਸਾਡੀ ਆਪਣੀ ਇਮਿਊਨਿਟੀ ਦੇ ਨਾਲ ਉਹ ਠੀਕ ਹੋ ਜਾਂਦੀਆਂ ਹਨ। ਜ਼ਿਆਦਾਤਰ ਖਾਸ ਤੌਰ 'ਤੇ ਡੇਂਗੂ ਔਰ ਚਿਕਨਗੁਨੀਆ ਨੇ ਆਪਣੇ ਆਪ ਵਾਇਰਲ ਬਿਮਾਰੀ ਠੀਕ ਹੋ ਜਾਂਦੀਆਂ ਹਨ, ਲੇਕਿਨ ਅਸੀਂ ਕੁਛ ਗਲਤੀਆਂ ਕਰਕੇ ਉਹਦੇ ਵਿੱਚ ਐਂਟੀਬਾਇਓਟਿਕਸ ਦੇ ਦਿੰਦੇ ਹਾਂ ਜਾਂ ਸਟੀਰੋਇਡਸ ਦੇ ਦਿੰਦੇ ਹਾਂ, ਜਿਹਦੇ ਨਾਲ ਉਹ ਵਾਇਰਸ ਦੀ ਤਕਲੀਫ ਵੱਧ ਜਾਂਦੀ ਹੈ। ਇਸ ਕਰਕੇ ਸਾਰਿਆਂ ਨੂੰ ਮੇਰੀ ਇੱਕ ਅਪੀਲ ਹੈ ਕਿ ਕਿਸੇ ਵੀ ਵਾਇਰਲ ਬੁਖਾਰ ਵਾਲੇ ਪੇਸ਼ੈਂਟ ਨੂੰ ਐਂਟੀਬਾਇਓਟਿਕ ਜਾਂ ਸਟੀਰੋਇਡ ਨਾ ਦਿੱਤੇ ਜਾਣ, ਤਾਂ ਕਿ ਜਲਦੀ ਠੀਕ ਕਰਨ ਦੇ ਚੱਕਰ 'ਚ ਉਹਨਾਂ ਨੂੰ ਕੋਈ ਕੰਪਲੀਕੇਸ਼ਨ ਨਾ ਫੇਸ ਕਰਨੀ ਪਵੇ। ਸਰ, ਕੀ ਕਾਰਨ ਕੀ ਹੈ ਜਿਹੜਾ ਕਿ ਇਹ ਅੰਮ੍ਰਿਤਸਰ ਦੇ ਵਿੱਚ ਹੀ ਬਿਮਾਰੀ ਦੇਖੀ ਜਾ ਰਹੀ ਹੈ? ਹਾਂ, ਇਹਦਾ ਐਪੀਡੀਮੋਲੋਜੀਕਲ ਸਟੱਡੀ ਹੋਣੀ ਚਾਹੀਦੀ ਹੈਗੀ ਕਿ ਕਿਸ ਕਿਸ ਜਗ੍ਹਾ ਦੇ ਉੱਤੇ ਜ਼ਿਆਦਾ ਫੈਲਿਆ ਹੋਇਆ, ਔਰ ਇਸ ਚੀਜ਼ ਦਾ ਜਿਹੜਾ ਜਵਾਬ ਹੈਗਾ ਜਿਹੜਾ ਸਿਵਲ ਸਰਜਨ ਆਫਿਸ ਤੋਂ ਕੁਛ ਦੇਰ ਬਾਅਦ ਮਿਲ ਪਾਏਗਾ, ਜਦੋਂ ਇਹ ਐਪੀਡੀਮੋਲੋਜੀਕਲ ਸਟੱਡੀਜ਼ ਨੂੰ ਕੰਪਲੀਟ ਹੋ ਜਾਏਗਾ ਕਿ ਇਸ ਏਰੀਆ 'ਚ ਜ਼ਿਆਦਾ ਕਿਉਂ ਹੋਇਆ ਹੈਗਾ। ਪਰ ਸਰ, ਜਿਸ ਤਰ੍ਹਾਂ ਕਿ ਦਰਸ਼ਕ ਤੁਹਾਨੂੰ ਦੇਖ ਰਹੇ ਨੇ, ਉਹਨਾਂ ਨੂੰ ਕਿਸ ਤਰ੍ਹਾਂ ਦਾ ਆਪਣੇ ਵੱਲੋਂ ਕਿਸ ਤਰ੍ਹਾਂ ਦਾ ਸਰ ਤੁਸੀਂ ਸੁਝਾਅ ਦੇ ਸਕਦੇ ਨੇ? ਹਾਂ, ਆਪਣੀ ਇਮਿਊਨਿਟੀ ਨੂੰ ਇੰਪਰੂਵ ਰੱਖਣਾ ਚਾਹੀਦਾ ਹੈਗਾ, ਆਪਣੀ ਡਾਇਟ ਵੱਲ ਜ਼ਿਆਦਾ ਧਿਆਨ ਰੱਖਣਾ ਚਾਹੀਦਾ, ਔਰ ਆਪਣੀ ਸੇਫਟੀ ਜ਼ਿਆਦਾ ਧਿਆਨ ਰੱਖਣੀ ਚਾਹੀਦੀ ਹਨ। ਸਾਨੂੰ ਪੈਨਿਕ ਹੋ ਕੇ ਕੁਛ ਗਲਤ ਟ੍ਰੀਟਮੈਂਟ ਨਹੀਂ ਕਰਵਾਉਣੀਆਂ ਚਾਹੀਦੀਆਂ ਹਨ। ਸਾਨੂੰ ਪਤਾ ਹੈਗਾ ਕਿ 7-8 ਦਿਨਾਂ ਦੇ ਵਿੱਚ ਇਹਨੇ ਠੀਕ ਹੋ ਜਾਣਾ, ਆਪਣੀ ਇਮਿਊਨਿਟੀ ਨਾਲ ਠੀਕ ਹੋ ਜਾਣਾ। ਇਸ ਕਰਕੇ ਡਾਇਟ ਇਜ਼ ਮੋਸਟ ਇੰਪੋਰਟੈਂਟ ਇਨ ਦਿਸ ਟ੍ਰੀਟਮੈਂਟ। ਇਸ ਬਿਮਾਰੀ ਦੇ ਇਲਾਜ ਲਈ ਡਾਇਟ ਤੋਂ ਉੱਪਰ ਬਿਹਤਰ ਕੁਛ ਨਹੀਂ ਹੈਗਾ, ਬਾਕੀ ਸਭ ਸਿਮਟੋਮੈਟਿਕ ਟ੍ਰੀਟਮੈਂਟ ਲੈਣੀ ਚਾਹੀਦੀ ਹਨ, ਓਵਰ ਟ੍ਰੀਟਮੈਂਟ ਨਹੀਂ ਲੈਣੀ ਚਾਹੀਦੀ। ਪਰ ਸਰ, ਜਿਸ ਤਰ੍ਹਾਂ ਕਿ ਕਈ ਹੱਥ ਮਿਲਾਉਣ ਤੋਂ ਵੀ ਜਾਂ ਮਤਲਬ ਕਿਸੇ ਨਾਲ ਟੱਚ ਹੋਣ ਤੋਂ ਵੀ ਪਰਹੇਜ਼ ਕਰਦੇ ਨੇ, ਕੀ ਇਹ ਵਾਇਰਲ ਜਿਹੜਾ ਕਿ ਹੱਥ ਮਿਲਾਉਣ ਦੇ ਨਾਲ ਵੀ ਹੋ ਸਕਦਾ ਹੈ? ਨਹੀਂ, ਇਹ ਵਾਇਰਸ ਹੱਥ ਮਿਲਾਉਣ ਵਾਲਾ ਨਹੀਂ ਹੈਗਾ। ਹਰ ਇੱਕ ਵਾਇਰਸ ਦੇ ਟ੍ਰਾਂਸਮਿਟ ਹੋਣ ਦੇ ਨਾ ਇੱਕ ਵੈਕਟਰਸ ਹੁੰਦੇ ਨੇ, ਜਿਵੇਂ ਐਸ ਜਿਹੜੇ ਚਿਕਨਗੁਨੀਆ, ਮਲੇਰੀਆ ਐਂਡ ਡੇਂਗੂ ਵਾਇਰਸ ਦਾ ਜਿਹੜਾ ਵੈਕਟਰ ਹੈਗਾ ਉਹ ਮੋਸਕੀਟੋ ਹੈ, ਹੱਥ ਮਿਲਾਉਣ ਨਾਲ ਨਹੀਂ ਹੁੰਦਾ। ਹਾਂ, ਪਰ ਇਹ ਜ਼ਰੂਰ ਹੈ ਕਿ ਹੱਥ ਮਿਲਾਉਣਾ ਅੱਛਾ ਨਹੀਂ ਰਹਿੰਦਾ, ਕਿਉਂਕਿ ਉਹਦੇ ਨਾਲ ਹੋਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਇੱਕ ਦੂਸਰੇ ਤੋਂ ਟ੍ਰਾਂਸਫਰ ਹੁੰਦੀਆਂ ਹਨ, ਇਸ ਕਰਕੇ ਹੱਥ ਮਿਲਾਉਣ ਅਵੋਇਡ ਕਰਨਾ ਚਾਹੀਦਾ ਹੈ। ਲੇਕਿਨ ਗੱਲ ਇਹ ਨਹੀਂ ਹੈ ਕਿ ਇਹ ਵਾਲਾ ਵਾਇਰਸ ਬੁਖਾਰ ਜੋ ਚੱਲ ਰਿਹਾ ਹੈ ਹੱਥ ਮਿਲਾਉਣ ਨਾਲ ਹੁੰਦਾ ਹੈ, ਇਹ ਸਿਰਫ ਟ੍ਰਾਂਸਮਿਟ ਹੁੰਦਾ,
ਇਸ ਵੈਕਟਰ ਦੇ ਰਾਹੀਂ ਜਿਹੜਾ ਜਿਸ ਤਰ੍ਹਾਂ ਕਿ ਜਿਹੜਾ ਕਿ ਇਹ ਜਿਹੜਾ ਵਾਇਰਲ ਹੈ ਇਹ ਕੋਈ ਜਿਸ ਤਰ੍ਹਾਂ ਸਰੀਰ ਦੇ ਕੋਈ ਵੀ ਅੰਗ ਨੂੰ ਕੋਈ ਮਤਲਬ ਕੋਈ ਇਫੈਕਟ ਵੀ ਕਰਦਾ ਹੈ ਸਰ? ਜੀ ਕੁਛ ਕੇਸਿਸ ਦੇ ਵਿੱਚ ਦੇਖਿਆ ਗਿਆ ਲਿਵਰ ਵਿੱਚ ਸੂਜਨ ਹੈਗੀ ਔਰ ਕੁਛ ਜ਼ਿਆਦਾਤਰ ਕੇਸਿਸ ਜੁਆਇੰਟਸ ਪੇਨ ਦੇ ਵਿੱਚ ਜੁਆਇੰਟਸ ਵਿੱਚ ਸੂਜਨ ਦੇ ਆ ਰਹੇ ਹਨ। ਬਹੁਤ ਸਾਰੇ ਕੇਸਿਸ ਖਾਰਿਸ਼ ਨਾਲ ਆ ਰਹੇ ਹਨ, ਉਹਨਾਂ ਦਾ ਸਾਰਾ ਚਿਹਰਾ ਲਾਲ ਹੋਇਆ ਹੁੰਦਾ, ਬੋਡੀ 'ਚ ਸਵੈਲਿੰਗ ਹੋ ਰਹੀ ਹੁੰਦੀ, ਲੇਕਿਨ ਉਹਨਾਂ ਦੇ ਕਿਡਨੀ ਫੰਕਸ਼ਨਸ ਵਗੈਰਾ ਸਭ ਠੀਕ ਆ ਰਹੇ ਹਨ। ਪਰ ਸਰ ਜਿਹੜੀ ਖਾਰਿਸ਼ ਹੋ ਰਹੀ ਹੈ ਜਿਸ ਤਰ੍ਹਾਂ ਵਾਇਰਲ ਤੋਂ ਬਾਅਦ, ਉਹਦੇ ਵਾਸਤੇ ਕੀ ਹੈ ਕਿ ਜਿਹੜੇ ਲੋਕ ਖਾਰਿਸ਼ ਕਰ ਰਹੇ ਨੇ ਉਹਦੇ ਵਾਸਤੇ ਕਿਸ ਤਰ੍ਹਾਂ ਦਾ ਮਤਲਬ ਉਹਨਾਂ ਨੂੰ ਉਹਦੀ ਸਾਵਧਾਨੀ ਵਰਤਣੀ ਚਾਹੀਦੀ ਨੇ? ਨਹੀਂ ਖਾਰਿਸ਼ ਲਈ ਤਾਂ ਸਾਵਧਾਨੀਆਂ ਨਹੀਂ ਹੁੰਦੀਆਂ ਹੈਗੀਆਂ, ਪਰ ਜਿਹੜੀਆਂ ਮੈਡੀਸਨ ਨੇ ਐਂਟੀ ਐਲਰਜਿਕ ਐਂਟੀ ਸਮਰਿਕ ਡਰੱਗਸ ਨੇ ਉਹ ਸਾਰੇ ਡਾਕਟਰਸ ਦੇ ਸਕਦੇ ਹਨ, ਉਹ 'ਚ ਕੋਈ ਦਿੱਕਤ ਨਹੀਂ ਹੈ। ਪਰ ਜਲਦੀ ਖਾਰਿਸ਼ ਨੂੰ ਠੀਕ ਕਰਨ ਲਈ ਸਟੀਰੋਇਡ ਨਹੀਂ ਦੇਣਾ ਹੈਗਾ, ਬਸ ਇਹੀ ਧਿਆਨ ਰੱਖਣ ਦੀ ਲੋੜ ਹੈ। ਓਕੇ, ਧੰਨਵਾਦ ਸਰ। ਜੀ ਧੰਨਵਾਦ ਜੀ।